हलचल टीवी न्यूज। संसार भर विच फैले कोरोना वायरस दे वधदे प्रकोप कारण हुण SGPC ने वड्डा फैसला लैंदे होए सेहत विभाग दे सहयोग नाल श्री दरबार साहिब विच आउण वालियां संगतां दी स्कैनिंग शुरू कर दित्ती है। हुण दरबार साहिब आउण वालियां संगतां दा पहला शरीरक टैंपरेचर चैक किया जाएगा अते जेकर उन्हें बुखार होया है तो उन्होंने अंदर जाने की इजाजत नहीं दी जाएगी ते उन्हां दा इलाज करवाया जाएगा। इसकी शुरुआत हरिमंदर साहब के मुख्य दरवाजे से की गई है। SGPC वालों डॉक्टर रूप सिंह अते पंजाब सरकार वालों बनाई गई विशेष मेडिकल टीम ने इस कैंप की शुरुआत की है। डॉक्टरों का यह कैंप 24 घंटे चलेगा। श्रोमणी गुरुद्वारा प्रबंधक कमेटी अते हेल्थ डिपार्टमेंट वालों इतने पहुंचने वाले लखां श्रद्धालुओं स्कैनिंग अते उन्होंने सैनिटाइजर नाल हाथ साफ किए जा रहे हैं ता जो इस नाम मुराद बीमारी तो अहियात वर्तन विच कोई कमी ना रह जावे। इस तो इलावा श्री हरिमंदर साहब दे बाहर बोर्ड भी लगा दिता गया। इस दे नाल ही WHO दियां हदायतां दा पूरा ध्यान रखा जा रहा है। हां जी ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੱਲ DC ਸਾਹਿਬ ਤੇ ਕ੍ਰਿਸ਼ਨ ਸਾਹਿਬ ਤੇ ਹੈਲਥ ਡਿਪਾਰਟਮੈਂਟ ਦੇ ਅਧਿਕਾਰੀ ਆਏ ਸੀ। ਸਾਡੇ ਦਫ਼ਤਰਾਂ ਨੇ ਮੀਟਿੰਗ ਕੀਤੀ ਸੀ ਤੇ ਇਹ ਫੈਸਲਾ ਕੀਤਾ ਸੀ ਕਿ ਯਾਤਰੂਆਂ ਦੀ ਸ਼ਰਧਾਲੂਆਂ ਦੀ ਸਹੂਲਤ ਵਾਸਤੇ ਇੱਥੇ ਕੈਂਪ ਲਾਇਆ ਜਾਵੇ ਤਾਂ ਕਿ ਜਿਹੜੀ ਉਹਨਾਂ ਦੀ ਹੈਲਥ ਦੀ ਮੁੱਢਲੀ ਜਾਂਚ ਉਹ ਕੀਤੀ ਜਾ ਸਕੇ। ਥਰਮਾਮੀਟਰ ਦੇ ਨਾਲ ਜਿਹੜਾ ਉਹਨਾਂ ਦਾ ਟੈਂਪਰੇਚਰ ਹੈ ਉਹ ਚੈੱਕ ਕੀਤਾ ਜਾ ਸਕੇ। ਜੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹਦੇ ਵਾਸਤੇ ਅਸੀਂ ਐਂਬੂਲੈਂਸ ਦਾ ਵੀ ਪ੍ਰਬੰਧ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰ 'ਤੇ ਆਣ ਕੇ ਪ੍ਰੋਬਲਮ ਆਉਂਦੀ ਨਹੀਂ ਪਰ ਫਿਰ ਵੀ ਜਿਹੜੇ ਸ਼ਰਧਾਲੂ ਨੇ ਉਹਨਾਂ ਨੂੰ ਬੇਨਤੀ ਹੈ ਸਾਡੀ ਕਿ ਜਿਹੜੀਆਂ ਹਦਾਇਤਾਂ ਜਿਹੜੀਆਂ ਬੇਨਤੀਆਂ ਸੇਵਕਾਂ ਵੱਲੋਂ ਕੀਤੀਆਂ ਜਾ ਰਹੀਆਂ ਉਹਨਾਂ ਦੀ ਪਾਲਣਾ ਕੀਤੀ ਜਾਵੇ। ਚੰਗੀ ਤਰ੍ਹਾਂ ਹੱਥ ਧੋ ਕੇ ਜਾਂ ਅੰਦਰ ਜਾਇਆ ਜਾਵੇ ਉਹ ਹੱਥ ਧੋਣ ਦਾ ਪ੍ਰਬੰਧ ਅਸੀਂ ਸਾਰੇ ਕੇਟਾਂ 'ਤੇ ਕੀਤਾ ਵਾ ਅਤੇ ਲਾਸਟਲੀ ਅਸੀਂ ਪ੍ਰਕਰਮਾਂ ਦੇ ਵਿੱਚੋਂ ਮੈਟ ਜੂਟ ਸਾਰੇ ਚੁਕਾਤੇ ਨੇ। ਦੂਜੀ ਸੰਗਤ ਨੂੰ ਬੇਨਤੀ ਆ ਕਿ ਦਰਸ਼ਨ ਇਸ਼ਨਾਨ ਕਰਨ ਵੇਲੇ ਆਪਸੀ ਜਿਹੜੀ ਮਿੱਥਿਆ ਬਣਾਈ ਰੱਖੀ ਜਾ ਸਕੇ ਅਤੇ ਆਪਣੇ ਭਲੇ ਵਾਸਤੇ ਮਨੁੱਖਤਾ ਦੇ ਭਲੇ ਵਾਸਤੇ ਮਾਨਵਤਾ ਦੇ ਭਲੇ ਵਾਸਤੇ ਜਿਹੜੀਆਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਦੀ ਪਾਲਣਾ ਕੀਤੀ ਜਾ ਸਕੇ। ਹਾਂਜੀ ਕੀ ਨਾਮ ਜੀ ਤੁਹਾਡਾ? ਮੇਰਾ ਨਾਮ ਸੁਮਿਤ ਚੱਡਾ ਹੈ। ਹਾਂਜੀ ਜਿਵੇਂ ਕਿਸੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਜਿਹੜੀ ਸਕੈਨਿੰਗ ਲਗਾ ਕੇ ਜਿਹੜੇ ਸ਼ਰਧਾਲੂ ਨੂੰ ਅੰਦਰ ਭੇਜਿਆ ਜਾ ਰਿਹਾ ਸੁਰੱਖਿਆ ਨੂੰ ਦੇਖਦੇ ਕੋਰੋਨਾ ਵਾਇਰਸ, ਕੀ ਕਹਿਣਾ ਚਾਹੁੰਦੇ ਕਿਸਾਨ ਨੇ? ਹਾਂਜੀ ਤੁਹਾਡਾ ਇਹ ਕਦਮ ਉਠਾਇਆ ਬਹੁਤ ਚੰਗਾ ਹੈ ਕਿਉਂਕਿ ਇੱਥੇ ਹਰ ਤਰ੍ਹਾਂ ਦਾ ਯਾਤਰੀ ਸਫ਼ਰ ਕਰਦਾ ਆਉਂਦਾ ਜਾਂਦਾ ਹੈ, ਕੋਈ ਵੀ ਕਿਸੇ ਤਰ੍ਹਾਂ ਦਾ ਵੀ ਵਾਇਰਸ ਲੈ ਕੇ ਆ ਸਕਦਾ। ਤੁਹਾਡਾ ਕਦਮ ਬਿਲਕੁਲ ਠੀਕ ਹੈ। ਬਾਕੀ ਸਾਨੂੰ ਇਹ ਪ੍ਰੀਕੋਸ਼ਨ ਲੈਣਾ ਚਾਹੀਦਾ ਹੈ ਕਿ ਅਸੀਂ ਸਾਨੂੰ ਹੱਥ ਧੋ ਕੇ ਜਾਣੇ ਚਾਹੀਦੇ ਨੇ, ਬਾਕੀ ਆਪਣਾ ਜਿਹੜਾ ਸੈਨੀਟਾਈਜ਼ਰ ਆਪਣੀ ਪੋਕਟ 'ਚ ਰੱਖਣਾ ਚਾਹੀਦਾ ਹਰ ਟਾਈਮ। ਬਾਕੀ ਵਾਹਿਗੁਰੂ ਦੇ ਦਰ 'ਤੇ ਕਦੀ ਕੋਈ ਬਿਮਾਰੀ ਨਹੀਂ ਲੱਗੇਗੀ ਕਿਸੇ ਨੂੰ, ਮੈਂ ਤਾਂ ਇਹੀ ਕਹਿਣਾ ਚਾਹੂੰਗਾ। ਬਿਲਕੁਲ, ਮੈਨੂੰ ਤਾਂ ਵਾਹਿਗੁਰੂ 'ਤੇ ਬਹੁਤ ਵਿਸ਼ਵਾਸ ਹੈ, ਇਸ ਕਰਕੇ ਮੈਂ ਕਿਸੇ ਬਿਮਾਰੀ ਤੋਂ ਨਹੀਂ ਡਰਦੀ। ਵਾਹਿਗੁਰੂ ਆਪਣੇ ਆਪ ਠੀਕ ਕਰੇਗਾ, ਕਿਸੇ ਨੂੰ ਵੀ ਕੋਈ ਪ੍ਰੋਬਲਮ ਹੈ ਇੱਥੇ ਅੰਦਰ ਨਹੀਂ ਜਾ ਸਕਦੀ ਉਹ ਵਾਇਰਸ, ਬਾਹਰ ਹੀ ਰਹੇਗੀ, ਵਾਹਿਗੁਰੂ ਦੇ ਦਰ 'ਤੇ ਨਹੀਂ ਆਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਯੂਸ਼ੀ ਕਾਬਰਾ, ਰਾਜਸਥਾਨ ਅਜਮੇਰ ਡਿਸਟ੍ਰਿਕਟ ਸੇ ਬਿਲੋਂਗ ਕਰਤੀ ਹੂੰ। ਯਹਾਂ ਪੇ ਜੋ ਸਕੈਨਿੰਗ ਸਿਸਟਮ ਚੱਲ ਰਹਾ ਹੈ ਯੇ ਬਹੁਤ ਸਿਕਿਉਰਿੰਗ ਹੈ, ਯੇ ਇੱਕ ਆਮ ਜਨਤਾ ਕਾ ਡਰ ਭਗਾਨੇ ਕੇ ਲੀਏ ਵੀ ਹੈ ਕਿ ਯਹਾਂ ਪੇ ਕੋਈ ਡਰ ਨਹੀਂ ਹੋ ਜਾਏ ਲੋਗੋ ਕੇ ਮਨ ਮੇ ਕਿ ਯਹਾਂ ਐਸਾ ਹੈ ਵੈਸਾ ਹੈ। ਔਰ ਯਹਾਂ ਪੇ ਆਨੇ ਵਾਲੇ ਸ਼ਰਧਾਲੂਓਂ ਕੇ ਲੀਏ ਵੀ ਇਹ ਬਹੁਤ ਬੜੀ ਬਾਤ ਹੈ ਕਿ ਆਨੇ ਸੇ ਪਹਿਲੇ ਹਮ ਸਿਕਿਉਰਡ ਹੋ ਜਾਤੇ, ਵੈਸੇ ਵੀ ਯਹਾਂ ਮੱਥਾ ਟੇਕਨੇ ਸੇ ਹਰ ਚੀਜ਼ ਈਜ਼ੀ ਹੋ ਰਹੀ ਹੈ ਹਮਾਰੇ ਲੀਏ। ਆਸਥਾ ਪਰ ਇਸਕਾ ਕੋਈ ਫਰਕ ਨਹੀਂ ਪੜੇਗਾ, ਆਸਥਾ ਤੋਂ ਹਮਾਰੀ ਵੈਸੀ ਬਨੀ ਵੀ ਹਮ ਯਹਾਂ ਪਹਿਲੇ ਜਬ ਗੇਟ ਕੇ ਅੰਦਰ ਘੁਸੇ ਤਬ ਵੀ ਯਹੀ ਸੋਚ, ਤਬ ਹਮੇ ਪਤਾ ਨਹੀਂ ਥਾ ਕਿ ਯਹਾਂ ਸਕੈਨਿੰਗ ਹੋ ਰਹਾ ਹੈ। ਯਹਾਂ ਆਨੇ ਕੇ ਬਾਅਦ ਹੁਆ ਤੋ ਆਸਥਾ ਸੇ ਇਸਕਾ ਕੋਈ ਲੇਨਾ ਦੇਨਾ ਨਹੀਂ ਹੈ। ਪ੍ਰੀਕੋਸ਼ਨਸ ਹਮ ਲੋਗ ਕੁਛ ਵੀ ਟੱਚ ਕਰਤੇ ਜਹਾਂ ਹਮਕੋ ਸੁਵਿਧਾ ਮਿਲਤੀ ਵਹਾਂ ਹਮ ਹਾਥ ਧੋ ਰਹੇ ਬਰਾਬਰ, ਨਹੀਂ ਮਿਲਤੀ ਹਮ ਸੈਨੀਟਾਈਜ਼ਰ ਯੂਜ਼ ਕਰ ਰਹੇ। ਬਾਕੀ ਯਹਾਂ ਪੇ ਇਤਨੇ ਹਜ਼ਾਰੋਂ ਕੀ ਪਬਲਿਕ ਹੈ ਪਰ ਕਿਸੀ ਕੇ ਉੱਪਰ ਹਮਨੇ ਮੰਦਿਰ ਕੇ ਅੰਦਰ ਕੋਈ ਮਾਸਕ ਕੁਛ ਨਹੀਂ ਦੇਖਾ। ਯਹਾਂ ਪੇ ਬਹੁਤ ਫੀਲਿੰਗ ਸਿਕਿਉਰ ਫੀਲ ਹੋ ਰਹਾ ਹੈ। ਬੋਲਣ ਚਾਲੂ ਕਰੋ। ਮੈਂ ਪੁੱਛਦਾ ਹੂੰ ਜੀ, ਆਪ ਪੁੱਛੋ ਜਿਸ ਕਾ ਜਵਾਬ ਦੂੰਗਾ। ਨਹੀਂ ਆਪ ਛੋੜ ਛੋੜ, ਆਪਣੇ ਕੈਮਰੇ ਕੀ ਤਰਫ ਹੀ ਦੇਖਣਾ, ਠੀਕ ਹੈ। ਹਾਂਜੀ, ਕੀ ਨਾਮ ਹੈ ਜੀ ਆਪਕਾ? ਪੁਰਸ਼ੋਤਮ ਕਾਬਰਾ ਮਹੇਸ਼ਵਰੀਅਮ। ਸਰ, ਜੇ ਜੋ ਜਹਾਂ ਪਰ ਹਰਿਮੰਦਰ ਸਾਹਿਬ ਮੇਂ ਇਹ ਥਰਮਲ ਸਕੈਨਿੰਗ ਲਗਾਈ ਗਈ ਹੈ ਯਾਤਰੀਓਂ ਕੀ ਸੁਰੱਖਿਆ ਕੋ ਦੇਖਤੇ ਹੋਏ, ਕਿਉਂਕਿ ਕੋਰੋਨਾ ਵਾਇਰਸ ਕਾ ਖਤਰਾ ਪੂਰੇ ਵਿਸ਼ਵ ਮੇਂ ਫੈਲਾ ਹੁਆ ਹੈ, ਕਿਆ ਕਹਿਣਾ ਚਾਹੀਏ, ਕੈਸੇ ਪ੍ਰਬੰਧ ਹੈ, ਕਿਸ ਤਰ੍ਹਾਂ ਕੇ ਲਗ? ਬਹੁਤ ਅੱਛੇ ਪ੍ਰਬੰਧ ਹੈ ਔਰ ਜਨਤਾ ਇਸਸੇ ਡਰ ਨਹੀਂ ਰਹੀ, ਇਸ ਲਈ ਕਿ ਭਾਈ ਸਭ ਪੈਕਿੰਗ ਹੋ ਰਹੀ ਹੈ, ਸਭ ਵਿਵਸਥਾ ਅੱਛੀ ਚੱਲ ਰਹੀ ਹੈ, ਸਾਫ਼ ਸਫਾਈ ਅੱਛੀ ਹੈ। ਨਹੀਂ, ਸਭ ਜਗ੍ਹਾ ਮੰਦਿਰ ਬੰਦ ਹੋ ਗਏ, ਲੇਕਿਨ ਇੱਕ ਸਵਰਣ ਮੰਦਿਰ ਹੀ ਹੈ ਜੋ ਚਾਲੂ ਹੈ, ਕਿਉਂਕਿ ਯਹਾਂ ਵਿਵਸਥਾ ਵੀ ਬਹੁਤ ਅੱਛੀ ਹੈ ਔਰ ਕਿਸੇ ਤਰ੍ਹਾਂ ਕਾ ਲੋਕੋ ਕੇ ਮਨ ਮੇਂ ਭੈ ਨਹੀਂ ਹੈ ਔਰ ਯੇ ਸਭ ਕਹਤੇ ਹੈ ਕਿ ਯਹਾਂ ਮੱਥਾ ਟੇਕਣੇ ਸੇ ਬਿਮਾਰੀਆਂ ਦੂਰ ਹੋਤੀ ਹੈ, ਕੋਰੋਨਾ ਕਿਆ ਕੋਰੋਨਾ ਦੂਰ ਹੋ ਜਾਏਗਾ, ਕੋਰੋਨਾ ਕੁਛ ਨਹੀਂ ਕਰ ਸਕਤਾ, ਇਸ ਲਈ ਲੋਕੋ ਕੀ ਇਤਨੀ ਸ਼ਰਧਾ ਹੈ, ਇਸ ਲਈ ਯਹਾਂ ਮੰਦਿਰ ਬੰਦ ਨਹੀਂ ਹੁਆ। ਨਹੀਂ ਤੋ ਇੰਡੀਆ ਮੇਂ ਲਗਭਗ ਸਭ ਮਿਊਜ਼ੀਅਮ ਔਰ ਯੇ ਮੰਦਿਰ ਬੰਦ ਹੋ ਰਹੇ। ਹਮ ਰਾਜਸਥਾਨ ਅਜਮੇਰ ਸੇ ਆਏ ਹੈਂ, ਹਮਾਰੇ ਅਜਮੇਰ ਮੇਂ ਖਾਟੂ ਸ਼ਾਮ ਕਾ ਬੜਾ ਮੇਲਾ ਲਗਤਾ ਹੈ, ਪੂਰਾ ਲੱਖੀ ਮੇਲਾ ਬੋਲਤੇ ਹੈ। ਕਹਿ ਸਕਤੇ ਹੈ ਕਿ ਕੋਰੋਨਾ ਵਾਇਰਸ ਕੇ ਆਸਥਾ ਜੋ ਹੈ ਭਾਰੀ ਪੜਤੀ ਹੋਈ ਨਜ਼ਰ ਆ ਰਹੀ ਹੈ? ਨਹੀਂ, ਐਸਾ ਇੰਡੀਆ ਮੇਂ ਮੋਦੀ ਜੀ ਨੇ ਇਤਨਾ ਸੰਭਾਲ ਲਿਆ ਕਿ ਇਸ ਕੋਈ ਭਾਰੀ ਨਹੀਂ ਪੜੇਗੀ, ਕਿਉਂਕਿ ਇੱਕ ਮਹੀਨੇ ਮੇਂ ਆਪਣੇ ਕਰੀਬ 120-130 ਮਰੀਜ਼ ਆਏ ਹੈਂ
और उनमें से भी ठीक होते जा रहे हैं, ऐसी कोई बात नहीं। अपने इंडिया में एडवांस कदम उठा लिए गए हैं, इन लोगों ने तो कदम नहीं उठाया इसलिए फैल गया। अपने मोदी जी खुद देख रेख कर रहे हैं और उनकी अच्छी देख रेख की वजह से कोई डर आपको लग रहा है किसी श्रद्धालु के अंदर? नहीं, किसी को डर नहीं है, सब प्रेम से आनंद से। रात को भी हम 11 बजे तक यही थे और अभी भी पूरे घूम के आए, हर आदमी से मिल रहे हैं, कोई भय नहीं है, किसी को डर नहीं है। ये तो बढ़िया है, इससे लोग जो नहीं है वो भी चेक करा रहे, तो उनको मन में भाई अपन भी तंदुरुस्त है, कोई अपने चेकिंग होने से दिक्कत नहीं हो रही है। और ये लग रहा है भाई अपने को टेस्ट करा लेना चाहिए, वो टेस्ट भी करा रहे हैं लोग बाग अपनी सेफ्टी के लिए। वैसे कुछ भी नहीं है यहाँ और बहुत अच्छा चल रहा है, जैसे हर चीज़ शुद्ध मिल रही है, पानी है, खाना है, बहुत अच्छा कार्य।